ਕੁਲਵੰਤ ਸਿੰਘ ਵਿਰਕਰੀ ਕਹਾਣੀ ਲੱਖਾਂ ਕਰੋੜਾਂ ਰੁਪਇਆ ਬੇਬੇ ਨੇ ਮੱਕੀ ਦੀਆਂ ਛੱਲੀਆਂ ਦੀ ਅਖੀਰਲੀ ਧਾਰਨ ਚਾਦਰ ਪਾਈ ਤਾਂ ਹਟਵਾਣੀਆਂ ਨੇ 5 ਰੁਪਏ ਦਾ ਨੋਟ ਬੇਬੇ ਦੇ ਹੱਥ ਫੜਾਇਆ ਚਾਦਰ ਦੀਆਂ ਕੰਨੀਆਂ ਇਕੱਠੀਆਂ ਕਰਕੇ ਉਸ ਛੱਲੀਆਂ ਮਗਰ ਪਿੱਛੇ ਪਾ ਲਈਆਂ ਤੇ ਵੇੜੇ ਚੋਂ ਨਿਕਲ ਗਿਆ ਬੇਬੇ ਜਿਸ ਕੋਲ ਇੱਕ ਮਿੰਟ ਪਹਿਲਾਂ ਥੇਲਾ ਵੀ ਨਹੀਂ ਸੀ ਹੁਣ 50 ਰੁਪਏ ਵਾਲੇ ਬਣ ਗਏ ਸੀ ਇਹ ਚੀਜ਼ਾਂ ਵੇਚਣਾ ਕਿੰਨਾ ਸੁਆਦੀ ਕੰਮ ਹੈ ਕੋਲ ਖੜੇ ਬਾਲੂ ਨੂੰ ਖਿਆਲ ਆ ਰਿਹਾ ਸੀ ਇਹ ਛਲੀਆਂ ਕਈਆਂ ਮਹੀਨਿਆਂ ਤੋਂ ਵਿੱਚ ਘਾਰ ਲੈ ਅੰਦਰ ਦੀ ਇੱਕ ਗੁੱਠੇ ਪਈਆਂ ਹੋਈਆਂ ਸਨ ਕਈ ਵਾਰ ਬੇਬੇ ਨੇ ਉੱਲੀ ਤੋਂ ਬਚਾਉਣ ਲਈ ਇਹਨਾਂ ਨੂੰ ਖਿਲਾ ਰਿਆ ਤੇ ਫਿਰ ਇਕੱਠਿਆਂ ਕੀਤਾ ਸੀ ਚੂਹੇ ਰੋਜ਼ ਇਹਨਾਂ ਨਾਲੋਂ ਦਾਣੇ ਲਾਉਂਦੇ ਸਨ ਤੇ ਅੱਜ ਇਹ ਛਲੀਆਂ ਜਿਹੜੀਆਂ ਕਿ ਅੱਜ ਤੱਕ ਮੁਸੀਬਤ ਜੀ ਲੱਗਦੀਆਂ ਸਨ 5 ਰੁਪਈਆ ਚ ਵਿਕ ਗਈਆਂ ਸਨ 5 ਰੁਪਏ ਕਿਡਨੀ ਵੱਡੀ ਸ਼ੈ ਹਨ ਬਾਲੂ ਸੋਚ ਰਿਹਾ ਸੀ ਇਨ੍ਹਾਂ ਨਾਲ ਤੇ ਸ਼ਾਇਦ ਹਟਵਾਣੀਆਂ ਦੀ ਅੱਧੀ ਹੱਟੀ ਮੁੱਲ ਲਈ ਜਾ ਸਕਦੀ ਸੀ। ਕੌਡੀਆਂ ਰਿਓੜੀਆਂ ਅੰਗਰੇਜ਼ੀ ਸਾਬਣ ਦੀਆਂ ਚਾਕੀਆਂ ਨਗਦੀ ਮਿਸ਼ਰੀ ਟੱਗਿਆਂ ਦੀ ਗਾਨੀ ਲਈ ਮਣ ਕੇ ਤੇ ਗਲ ਲਈ ਘੁੰਗਰੂ ਕੁੱਤੇ ਲਈ ਸੰਗਲੀ ਨਿੱਕੀ ਤਾਸ਼ ਪੰਜਾ ਰੁਪਿਆ ਚ ਦੇ ਕਿੰਨਾ ਕੁਝ ਆ ਸਕਦਾ ਸੀ। ਛੱਲੀਆਂ ਉੱਥੇ ਪਈਆਂ ਕੀ ਕਰਦੀਆਂ ਸਨ। ਹੁਣ ਵਾਲੂ ਹੈਰਾਨ ਸੀ ਕਿ ਉਹ ਸਭ ਕੁਝ ਵੇਚ ਹੀ ਕਿਉਂ ਨਹੀਂ ਦਿੰਦੇ ਸਨ। ਹਰ ਵੇਲੇ ਤੇ ਉਹ ਪੈਸਿਆਂ ਨੂੰ ਤਰਸਦੇ ਰਹਿੰਦੇ ਸਨ। ਦਾ ਵੀਦੀ ਪੈਰੀ ਜੁੱਤੀ ਨਹੀਂ ਸੀ ਤੇ ਭਾਵੇਂ ਬੇਬੇ ਆਖਦੀ ਸੀ ਕਿ ਨੂਨ ਦਾ ਨੰਗੀ ਪੈਰੀ ਬਾਹਰ ਅੰਦਰ ਜਾਣਾ ਬੜੀ ਸ਼ਰਮ ਦੀ ਗੱਲ ਐ ਪਰ ਉਹਨੂੰ ਕੋਈ ਜੁੱਤੀ ਲੈ ਕੇ ਵੀ ਨਹੀਂ ਦਿੰਦਾ ਸੀ ਉਹਨਾਂ ਦੇ ਘਰ ਕਦੀ ਡੱਬੀ ਵੀ ਨਹੀਂ ਹੁੰਦੀ ਸੀ ਉਹਦੀ ਭੈਣ ਸਵੇਰੇ ਉੱਠ ਕੇ ਇਸ ਉਡੀਕ 'ਚ ਰਹਿੰਦੀ ਕਿ ਕਦੋਂ ਕੋਈ ਅੱਗ ਬਾਲੇ ਤੇ ਕਦੋਂ ਉਹਦੇ ਘਰੋਂ ਅੱਗ ਲਿਆ ਕੇ ਆਪਣੀ ਚੁੱਲ ਗਰਮ ਕਰੇ ਬਾਲੂ ਹੈਰਾਨ ਸੀ ਕਿ ਉਹ ਕਿਉਂ ਇਸ ਤਰ੍ਹਾਂ ਮਹੀਨਿਆਂ ਬੱਧੀ ਪੈਸਿਆਂ ਨੂੰ ਤਰਸਦੇ ਰਹਿੰਦੇ ਸਨ ਕਿਉਂ ਨੀਓ ਆਪਣੀਆਂ ਸਾਰੀਆਂ ਚੀਜ਼ਾਂ ਵੇਚ ਦਿੰਦੇ ਬੇਬੇ ਅਸੀਂ ਆਪਣੀ ਭੁøy ਕਿਉਂ ਨਹੀਂ ਵੇਚ ਦਿੰਦੇ ਆਖਦੇ ਨੇ ਭੁøy ਬੜੀ ਮਹਿੰਗੀ ਵਿਕਦੀ ਏ ਹੈਰਾਨ ਹੋਏ ਬਾਲੂ ਨੇ ਬੇਬੇ ਤੋਂ ਪੁੱਛਿਆ ਨਾ ਪੁੱਤਰ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਜੱਟ ਨਹੀਂ ਭੁøy ਵੇਚਦੇ ਅੱਛਾ ਬੇਬੇ ਅਸੀਂ ਜਸੂ ਨੂੰ ਵੇਚ ਦਈਏ ਬਾਲੂ ਨੇ ਕੁਛੜ ਚੁੱਕ ਕੇ ਆਪਣੇ ਨਿੱਕੇ ਭਰਾਵਲ ਤੱਕ ਕੇ ਕਿਹਾ ਨਾ ਪੁੱਤਰ ਤੂੰ ਤੇ ਅਸਲੋਂ ਕਮਲਾ ਹੋ ਗਿਆ ਕਦੀ ਕਿਸੇ ਪੁੱਤਰ ਵੀ ਵੇਚੇ ਨੇ ਕੋੜਿਆ ਪੁੱਤਰ ਤੇ ਲੱਖਾਂ ਕਰੋੜੀ ਵੀ ਨਹੀਂ ਲੱਭਦੇ। ਬੇਬੇ ਇਹ ਲੱਖਾਂ ਕਰੋੜਾਂ ਰੁਪਏ ਆਂਦਾ ਹੈ। ਬਾਲੂ ਨੇ ਹੈਰਾਨ ਹੋ ਕੇ ਪੁੱਛਿਆ, "ਹਾਂ ਪੁੱਤਰ ਤੇ ਬੇਬੇ ਮੈਂ ਕਿੰਨੇ ਕੁ ਰੁਪਏ ਆਂਦਾ ਵਾਂ?" ਪੁੱਤਰ ਤੂੰ ਵੀ ਲੱਖਾਂ ਕਰੋੜਾਂ ਰੁਪਏ ਆਂਦਾ ਹੈ। ਕੋਈ ਲੱਖ ਰੁਪਇਆ ਬੁੱਝੇ ਚ ਪਾ ਕੇ ਫਿਰੇ ਖਾਂ ਉਹਨੂੰ ਕੋਈ ਪੁੱਤ ਲੱਭ ਪੈਂਦਾ ਹੈ। ਬਾਲੂ ਨੂੰ ਇਸ ਗੱਲ ਦਾ ਬਹੁਤਾ ਇਤਬਾਰ ਨਹੀਂ ਸੀ। ਫਿਰ ਵੀ ਉਹ ਬੜਾ ਖੁਸ਼ ਸੀ। ਭਾਵੇਂ ਆਲੇ ਦੁਆਲੇ ਤੇ ਕਿਧਰੇ ਵੇਖਣ ਨੂੰ ਵੀ ਕੋਈ ਪੈਸਾ ਨਹੀਂ ਸੀ। ਪਰ ਉਹ ਆਪ ਤੇ ਲੱਖਾਂ ਰੁਪਏ ਦਾ ਸੀ ਨਾ ਇਸ ਖਿਆਲ ਚ ਹੋਰ ਵਧੇਰੇ ਖੁਸ਼ੀ ਲੈਣ ਲਈ ਉਸ ਫੇਰ ਵੀ ਕਈ ਵਾਰ ਬੇਬੇ ਤੋਂ ਪੁੱਛਿਆ ਬੇਬੇ ਮੈਂ ਕਿੰਨੇ ਰੁਪਏ ਦਾ ਵਾਂ ਤੇ ਹਰ ਵਾਰੀ ਬੇਬੇ ਉਹਨੂੰ ਝਿੜਕ ਕੇ ਸਮਝਾਉਂਦੀ ਕਿ ਉਹਦਾ ਕੋਈ ਮੁੱਲ ਨਹੀਂ ਪੈ ਸਕਦਾ ਸੀ ਉਹ ਤੇ ਲੱਖਾਂ ਕਰੋੜਾਂ ਰੁਪਏ ਦਾ ਸੀ ਇਸ ਗੱਲ ਨੂੰ ਕਈ ਸਾਲ ਲੰਘ ਗਏ ਸ਼ਹਿਰ ਵਿੱਚ ਕਿਰਾਏ ਤੇ ਸਾਈਕਲ ਦੇਣ ਵਾਲਾ ਇੱਕ ठेकेदार ਆਪਣੀ ਦੁਕਾਨ ਚੁੱਕ ਕੇ ਦਿੱਲੀ ਲੈ ਗਿਆ ਸੀ ਸਰਹੱਦ ਤੇ ਰਹਿਣ ਤੋਂ ਲੋਕ ਡਰਦੇ ਸਨ ਪਿੱਛੇ ਉਸ ਸ਼ਹਿਰ ਵਿੱਚ ਸਾਈਕਲਾਂ ਦਾ ਇੱਕੋ ठेकेदार ਰਹਿ ਗਿਆ ਸੀ ਤੇ ਉਹਨੇ ਸਾਈਕਲਾਂ ਦਾ ਕਿਰਾਇਆ ਪੰਜੀ ਤੋਂ 35 ਰੁਪਏ ਮਹੀਨਾ ਕਰ ਦਿੱਤਾ ਸੀ ਮੁਰਵਸਾਉ ਵਿਭਾਗ ਦੇ ਕਈ ਦਫ਼ਤਰਾਂਸ ਲੋ ਅਰਜ਼ੀ ਸਨ ਉਹ ਤਾਂ ਸਾਈਕਲ ਕਿਰਾਏ ਤੇ ਹੀ ਲੈਂਦੇ ਸਨ ਪਰ ਇਹ ਵਧੇ ਹੋਏ ਕਿਰਾਏ ਵੇਖ ਕੇ ਵਿਭਾਗ ਦੇ ਡਿਪਟੀ ਸਕੱਤਰ ਨੇ ਬਿੰਦਾ ਸਾਹਿਬ ਨੇ ਹੁਕਮ ਦਿੱਤਾ ਸੀ ਕਿ ਜੋ ਸਾਈਕਲ ਮਹਿਕਮੇ ਨੇ ਕਰਾਏ ਤੇ ਲਏ ਹੋਏ ਹਨ ਉਹ ਸਾਰੇ ਵਾਪਸ ਕਰ ਦਿੱਤੇ ਜਾਣ ਕਿਉਂਕਿ ਸਾਈਕਲਾਂ ਦਾ ਕਿਰਾਇਆ ਬਹੁਤ ਵਧ ਗਿਆ ਸੀ ਮਹਿਕਮੇ ਵੱਲੋਂ ਲਿਆ ਹੋਇਆ ਇੱਕ ਸਾਈਕਲ ਸੇਠੀ ਸਾਹਿਬ ਕੋਲ ਵੀ ਸੀ ਪਰ ਉਹ ਤਾਂ ਇਹਨੂੰ ਵਾਪਸ ਨਹੀਂ ਕਰ ਸਕਦੇ ਸਨ ਕਿਉਂਕਿ ਉਹਨਾਂ ਨੂੰ ਹਰ ਰੋਜ਼ ਆਪਣਾ ਚਪੜਾਸੀ ਸ਼ਹਿਰ ਵਿੱਚ ਡਾਕ ਦੇਣ ਲਈ 8-9 ਮੀਲ ਦੇ ਚੱਕਰ ਤੇ ਭੇਜਣਾ ਪੈਂਦਾ ਸੀ ਇਹ ਗੱਲ ਉਹਨਾਂ ਲਿਖ ਕੇ ਡਿਪਟੀ ਸਕੱਤਰ ਸਾਹਿਬ ਨੂੰ ਭੇਜ ਦਿੱਤੀ ਇਸ ਵਧੇ ਹੋਏ ਕਿਰਾਏ ਤੇ ਡਿਪਟੀ ਸਕੱਰੇਟਰੀ ਸਾਹਿਬ ਕੋਈ ਸਾਈਕਲ ਮਹਿਕਮੇ 'ਚ ਨਹੀਂ ਰਹਿਣ ਦੇਣਾ ਚਾਹੁੰਦੇ ਸਨ। ਮਾਮਲਾ ਸਿੱਧਾ ਕਰ ਲਈ ਉਹਨਾਂ ਸੇਠੀ ਸਾਹਿਬ ਨੂੰ ਆਪਣੇ ਕੋਲ ਸਦਵਾ ਲਿਆ। ਬਿੰਦਰਾ ਸਾਹਿਬ ਮੇਰੇ ਚਪੜਾਸੀ ਨੂੰ ਹਰ ਰੋਜ਼ 8-9 ਮੀਲ ਦਾ ਚੱਕਰ ਲਾਉਣਾ ਪੈਂਦਾ ਹੈ। ਜੇ ਮੇਰੇ ਕੋਲ ਸਾਈਕਲ ਨਾ ਰਿਹਾ ਤਾਂ ਦੱਸੋ ਉਹ ਇੰਨਾ ਵੱਡਾ ਚੱਕਰ ਕਿਸ ਤਰ੍ਹਾਂ ਲਾਏਗਾ? ਸੇਠੀ ਨੇ ਦਲੀਲ ਦਿੱਤੀ। ਤੁਸੀਂ ਉਹਨੂੰ ਬਸਤੇ ਨਹੀਂ ਭੇਜ ਸਕਦੇ। ਨਹੀਂ ਜੀ ਬਸ ਤੇ ਸਿਰਫ ਵੱਡੀਆਂ ਸੜਕਾਂ ਤੇ ਹੀ ਰਹਿੰਦੀ ਐ ਤੇ ਉਹਨੇ ਡਾਕ ਲੈ ਕੇ ਕਈ ਥਾਵਾਂ ਤੇ ਜਾਣਾ ਹੁੰਦਾ ਬਸ ਉਸ ਲਈ ਠੀਕ ਨਹੀਂ ਉਹ ਅਗਲੀਆਂ ਥਾਵਾਂ ਪੈਦਲ ਕਰ ਲਿਆ ਕਰੇ ਪੈਦਲ ਤੇ ਬਿੰਦਰਾ ਸਾਹਿਬ ਉਹ ਸਾਰਾ ਦਿਨ ਲਾ ਆਇਆ ਕਰੇਗਾ ਦਫ਼ਤਰ ਵਿੱਚ ਹੋਰ ਕੰਮ ਵੀ ਤੇ ਹੁੰਦੇ ਨੇ ਸਾਈਕਲ ਤੇ ਉਹ ਘੰਟੇ 2 ਘੰਟੇ ਚ ਮੋੜ ਆਉਂਦਾ ਦੇਖੋ ਸੇਠੀ ਸਾਰੀ ਗੱਲ ਚੀਜ਼ ਮਿਲਣ ਦੀ ਐ ਸਾਈਕਲਾਂ ਦਾ ਕਿਰਾਇਆ 35 ਰੁਪਏ ਮਹੀਨਾ ਹੋ ਗਿਆ ਫਾਈਨੈਂਸ ਡਿਪਾਰਟਮੈਂਟ ਵਾਲੇ ਬਰਦਾਸ਼ਤ ਨਹੀਂ ਕਰਨਗੇ ਕਿ ਅਸੀਂ ਇਸ ਕਿਰਾਏ ਤੇ ਸਾਈਕਲ ਲਈਏ। ਚਪੜਾਸੀ ਅੱਜਕੱਲ ਅਸੀਂ 40 ਰੁਪਏ ਮਹੀਨੇ ਤੇ ਰੱਖ ਰਹੇ ਹਾਂ। ਜੇ ਤੁਸੀਂ ਚਾਹੋ ਤੇ ਮੈਂ ਤੁਹਾਨੂੰ ਇੱਕ ਹੋਰ ਚਪੜਾਸੀ ਰੱਖ ਕੇ ਦੇ ਸਕਦਾ। ਡਾਕ ਦੇਣ ਤੋਂ ਇਲਾਵਾ ਇੱਥੇ ਹੋਰ ਸੌ ਕੰਮ ਕਰੋ। ਸਾਈਕਲ ਬਹੁਤ ਮਹਿੰਗੇ ਹੋ ਗਏ ਐ। ਇੱਕ ਰੱਟ ਵਿੱਚ ਨਹੀਂ ਇੱਕ ਰੂਟ 'ਚ ਨਹੀਂ ਪਏ ਰਹਿਣਾ ਚਾਹੀਦਾ। ਅਕਲ ਤੋਂ ਕੰਮ ਲੈਣਾ ਚਾਹੀਦਾ ਹੈ। ਜਿਸ ਤਰ੍ਹਾਂ ਮੈਂ ਪਹਿਲੇ ਕਿਹਾ بس ਚੀਜ਼ ਦੇ ਮਿਲਣ ਦੀ ਗੱਲ ਹੈ ਸੇਠੀ ਸਾਹਿਬ ਨੇ ਇਹ ਤਜ਼ਵੀਜ਼ ਮਨਜ਼ੂਰ ਕਰ ਲਈ ਕਈ ਦਿਨਾਂ ਤੋਂ ਬਾਲੂ ਚਪੜਾਸੀ ਰਹਿਣ ਲਈ ਦਫ਼ਤਰ ਦੇ ਚੱਕਰ ਕੱਢ ਰਿਹਾ ਸੀ ਰੋਜ਼ ਉਹਨੂੰ ਇਹੀ ਕਿਹਾ ਜਾਂਦਾ ਅਜੇ ਜਗ੍ਹਾ ਨਹੀਂ ਫੇਰ ਆਵੇਂ ਅੱਜ ਜਦੋਂ ਆਇਆ ਤਾਂ ਦਫ਼ਤਰ ਵਾਲੇ ਸਾਹਿਬ ਨੇ ਇੱਕ ਬਾਊ ਨੂੰ ਕਿਹਾ ਇਸ ਆਦਮੀ ਦਾ ਨਾਂ ਪਤਾ ਲਿਖ ਲਓ ਇਹਨੂੰ ਚਪੜਾਸੀ ਰੱਖਣਾ ਹੈ ਸੇਠੀ ਸਾਹਿਬ ਨੂੰ ਇੱਕ ਚਪੜਾਸੀ ਮਿਲਿਆ ਕਿਉਂਕਿ ਉਹਨਾਂ ਆਪਣੀ ਸਾਈਕਲ ਵਾਪਸ ਕਰ ਦਿੱਤੀ Then